ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਹੈ ਜੀ ਆਪਣੇ ਯੂਟਿਊਬ ਚੈਨਲ ਜਿੰਦਾ ਬਲੌਗ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਕਰਨੀ ਆ ਸਾਈਪ੍ਰੈਸ ਬਾਰੇ ਗੱਲ। ਅਤੇ ਬਹੁਤ ਮੇਰੀਆਂ ਭੈਣਾਂ ਨੇ ਵੀ ਕਮੈਂਟ ਕਰੀ ਸੀ ਅਤੇ ਮੇਰੇ ਬਾਈਆਂ ਨੇ ਕਮੈਂਟ ਕਰਕੇ ਪੁੱਛਿਆ ਸੀ ਕਿ ਸਾਈਪ੍ਰੈਸ ਦੇ ਕਿੰਨੇ ਕੁ ਪੈਸੇ ਲੱਗ ਜਾਂਦੇ ਆ। ਅਤੇ ਮੈਂ ਬਹੁਤ ਵੀਡੀਓ ਪਹਿਲਾਂ ਵੀ ਬਣਾਈਆਂ ਨੇਗੀਆਂ, ਦੱਸਿਆ ਵੀ ਹੋਇਆ ਉਹਨਾਂ ਦੇ ਵਿੱਚ ਵੀ ਕਿੰਨਾ ਪੈਸਾ ਲੱਗਦਾ। ਅਤੇ ਫਿਰ ਨਵੇਂ, ਤੁਹਾਨੂੰ ਪਤਾ ਹੀ ਹੈ, 1400-1500 ਸਬਸਕ੍ਰਾਈਬਰ ਹੋ ਗਿਆ ਆਪਣਾ, ਠੀਕ ਆ। ਉਹਦੇ ਵਿੱਚ ਫਿਰ ਨਵੇਂ ਸਬਸਕ੍ਰਾਈਬਰ ਵੀ ਆਏ ਨੇ, ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਵੀ ਕਿੰਨੇ ਪੈਸੇ ਲੱਗਦੇ ਆ ਅਤੇ ਸਾਈਪ੍ਰੈਸ ਦੇ ਵਿੱਚ ਕਿਹੋ ਜਿਹੇ ਕੰਮ ਕਾਰ ਆ, ਠੀਕ ਆ ਜੀ, ਕਿਹੋ ਜਿਹੇ ਹਾਲਾਤ ਨੇ ਸਾਈਪ੍ਰੈਸ ਦੇ। ਅਤੇ ਮੈਂ ਸਾਰ ਪਹਿਲਾਂ ਤਾਂ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮੇਰੇ ਭਰਾਵਾਂ ਨੂੰ ਅਤੇ ਮੇਰੀਆਂ ਭੈਣਾਂ ਨੂੰ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣ ਅਤੇ ਲਾਈਕ ਵੀ ਕਰ ਦਿਆ ਕਰੋ ਵੀਡੀਓ ਨੂੰ ਅਤੇ ਅੱਗੇ ਸ਼ੇਅਰ ਕਰ ਦਿਆ ਕਰੋ ਅਤੇ ਗਰੁੱਪਾਂ 'ਚ ਪਾ ਦਿਆ ਕਰੋ, ਠੀਕ ਹੈ। ਜਿਹੜੇ ਤੁਹਾਡੇ ਫੋਨ ਦੇ ਵਿੱਚ ਵਟਸਐਪ ਗਰੁੱਪ ਨੇ ਉੱਥੇ ਅੱਗੇ ਸੈਂਡ ਕਰ ਦਿਆ ਕਰੋ ਅਤੇ ਕਿਸੇ ਦਾ ਭਲਾ ਹੋ ਸਕੇ ਅਤੇ ਕਿਸੇ ਨੂੰ ਪਤਾ ਲੱਗ ਸਕੇ ਕਿ ਏਜੰਟਾਂ ਦੇ ਝਾਂਸੇ ਵਿੱਚ ਕੋਈ ਨਾ ਆਵੇ, ਠੀਕ ਹੈ ਜੀ। ਆਪਾਂ ਵੀਡੀਓ ਇਸ ਕਰਕੇ ਬਣਾਉਂਦੇ ਹਾਂ ਕਿ ਕਿਸੇ ਦਾ ਕੋਈ ਫਾਇਦਾ ਹੋ ਜੇ, ਕਿਸੇ ਦਾ ਨੁਕਸਾਨ ਨਾ ਹੋਵੇ, ਕਿ ਕਿਸੇ ਨੂੰ ਪਤਾ ਲੱਗ ਸਕੇ ਸਾਈਪ੍ਰੈਸ ਦੇ ਹਾਲਾਤਾਂ ਬਾਰੇ, ਸਾਈਪ੍ਰੈਸ ਬਾਰੇ ਜੋ ਵੀ ਮੈਂ ਤੁਹਾਨੂੰ ਇਸ ਚੈਨਲ ਦੇ ਉੱਤੇ ਜਾਣਕਾਰੀ ਦਿੰਦਾ ਉਹ ਬਿਲਕੁਲ ਸਹੀ ਸਹੀ ਜਾਣਕਾਰੀ ਦਿੱਤੀ ਜਾਂਦੀ ਹੈ। ਇੱਦਾਂ ਨਹੀਂ ਹੈਗਾ ਵੀ ਕਿ ਆਪਦੇ ਕੋਲੋਂ ਚਾਰ ਗੱਲਾਂ ਬਣਾਈਆਂ ਤਾਂ ਵੀਡੀਓ ਬਣਾਈ ਹੈ ਅਤੇ ਚਾਰ ਵੀਓ ਲਈ ਮੈਂ ਕੋਈ ਆਪਣਾ ਮਤਲਬ ਆਪਦਾ ਕੋਈ ਕਿੱਤਾ ਥੋੜ੍ਹੀ ਤੋਰ ਲੈਣਾ ਗਾ ਚਾਰ ਵੀਓ ਵਾਸਤੇ। ਅਤੇ ਜੋ ਵੀ ਆਖੀਦਾ ਇਸ ਵੀਡੀਓ ਦੇ ਵਿੱਚ ਉਹ ਸਹੀ ਗੱਲ ਹੀ ਆਖੀਦੀ ਆ। ਅਤੇ ਗੱਲ ਕਰਦੇ ਹਾਂ ਜੀ ਆਪਾਂ ਮੁੰਡਿਆਂ ਬਾਰੇ ਕਿ ਜਿਹੜੇ ਆਪਣੇ ਵੀਰ ਆਉਂਦੇ ਨੇ ਸਾਈਪ੍ਰੈਸ ਦੇ ਵਿੱਚ ਉਹ ਫਾਰਮ ਦੇ ਕੰਮ 'ਤੇ ਆਉਂਦੇ ਆ, ਜਿੱਦਾਂ ਠੀਕ ਹੈ ਜਾਂ ਬੱਕਰੀਆਂ ਦਾ ਫਾਰਮ ਹੋ ਗਿਆ, ਭੇਡਾਂ ਦਾ ਫਾਰਮ ਹੋ ਗਿਆ, ਠੀਕ ਹੈ ਜੀ, ਗਾਵਾਂ ਦਾ ਫਾਰਮ ਹੋ ਗਿਆ, ਜਿਵੇਂ ਸਬਜ਼ੀ ਫਾਰਮ ਹੋ ਗਿਆ, ਇੱਦਾਂ ਦੇ ਕੰਮ ਹੁੰਦੇ ਨੇ, ਠੀਕ ਹੈ ਜੀ। ਅਤੇ ਉਹਨਾਂ ਦੇ ਵਿੱਚ ਜਿਹੜੀ ਮੈਕਸੀਮਮ ਸੈਲਰੀ ਆ ਸਾਡੇ ਪੰਜਾਬੀ ਵੀਰਾਂ ਨੂੰ ਦਿੱਤੀ ਜਾਂਦੀ ਆ ਉਹ 455 ਤੋਂ ਲੈ ਕੇ 500 ਰੁਪਏ ਤੱਕ ਸੈਲਰੀ ਪੇ ਕਰਦੇ ਆ, ਜਿਹੜਾ ਆਪਾਂ ਨੂੰ ਇੰਡੀਆ ਦਾ 40,000 ਰੁਪਏ ਬਣਦਾ, ਠੀਕ ਹੈ ਜੀ। ਕਈ ਵੀਰਾਂ ਨੂੰ ਏਜੰਟ ਕਹਿ ਦਿੰਦੇ ਤੁਹਾਨੂੰ ਉੱਥੇ 800 ਯੂਰੋ ਬਣਦਾ ਜੀ, 900 ਯੂਰੋ ਬਣਦਾ, ਬਈ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਐਵੇਂ ਨਾ ਕਿਸੇ ਦੇ ਚੱਕਰ 'ਚ ਪਿਆ ਕਰੋ, ਜਦੋਂ ਉਰੇ ਆ ਜਾਂਦਾ ਬੰਦਾ ਉਦੋਂ ਬੰਦੇ ਨੂੰ ਪਤਾ ਹੁੰਦਾ ਕਿ ਇੱਥੇ ਕਿੰਨਾ ਕੁ ਪੈਸਾ ਬਣਦਾ, ਕਿੰਨਾ ਕੁ ਨਹੀਂ ਬਣਦਾ, ਠੀਕ ਹੈ ਜੀ। ਅਤੇ ਬਾਕੀ ਸਟੂਡੈਂਟ ਦੀ ਗੱਲ ਕਰਦੀ ਹੈ, ਸਟੂਡੈਂਟ ਦਾ ਜਿਹੜੇ ਮੇਰੇ ਵੀਰ ਆਉਂਦੇ ਨੇਗੇ ਉਹਨਾਂ ਨੂੰ ਕਮਾਈ ਜ਼ਰੂਰ ਹੋ ਜਾਂਦੀ ਆ, ਠੀਕ ਹੈ ਜੀ। ਗੱਲ ਉੱਥੇ ਆ ਜਾਂਦੀ ਹੈ ਕਿ ਉਹਨਾਂ ਨੂੰ 2400-2500 ਰੁਪਈਆ ਸਾਲ ਦੀ ਫੀਸ ਵੀ ਭਰਨੀ ਪੈਂਦੀ ਆ, ਠੀਕ ਹੈ ਜੀ। ਜੇ ਬੰਦਾ ਵਰਕ ਪਰਮਿਟ 'ਤੇ ਆਉਂਦਾ ਹੈ ਉਹਦੇ ਵਿੱਚ ਇਹ ਹੈ ਕਿ ਮਾਲਕ 450-500 ਰੁਪਈਆ ਸੈਲਰੀ ਦੇਈ ਜਾਂਦਾ, ਕਿ ਇਨਸੋਰਸ ਵੀ ਮਾਲਕ ਪੇ ਕਰੀ ਜਾਂਦਾ, ਰੋਟੀ ਪਾਣੀ ਵੀ ਮਾਲਕ ਦੇਈ ਜਾਂਦਾ। ਉਹਦੇ ਵਿੱਚ ਇਹ ਹੈ ਕਿ ਤੁਹਾਡਾ ਜਿਹੜਾ 40,000 ਰੁਪਈਆ ਤੁਹਾਨੂੰ ਬਚਦਾ ਉਹ ਤੁਹਾਡੀ ਸੇਵਿੰਗ ਆ, ਠੀਕ ਹੈ ਜੀ। ਉਹਦੇ ਵਿੱਚ ਤੁਹਾਨੂੰ ਕੋਈ ਕਿਸੇ ਕੋਈ ਚੀਜ਼ ਦੀ ਪਰੇਸ਼ਾਨੀ ਨਹੀਂ, ਦਵਾਈ ਬੂਟੀ ਤੁਸੀਂ ਬਿਮਾਰ ਹੁੰਦੇ ਹੋ ਜਾਂ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਆ ਕਿਸੇ ਚੀਜ਼ ਦੀ ਵੀ ਤਾਂ ਉਹ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਆ। ਮਾਲਕ ਨੇ ਤੁਹਾਨੂੰ ਦਵਾਈ ਦਵਾਉਣੀ ਆ, ਮਾਲਕ ਨੇ ਤੁਹਾਨੂੰ ਤੁਹਾਡਾ ਸਾਰਾ ਟੋਟਲੀ ਟ੍ਰੀਟਮੈਂਟ ਕਰਾਉਣਾ ਹੁੰਦਾ, ਠੀਕ ਹੈ ਜੀ। ਉਹਦੇ ਵਿੱਚ ਇਹ ਹੈ ਕਿ ਤੁਹਾਡਾ ਜਿਹੜਾ 40,000 ਰੁਪਈਆ ਇੰਡੀਅਨ ਦਾ 40,000 ਰੁਪਈਆ ਬਣਦਾ ਤੁਹਾਡਾ ਉਹ ਸਾਰਾ ਸੇਵਿੰਗ ਆ, ਠੀਕ ਹੈ ਜੀ। ਸਟੂਡੈਂਟ ਦੇ ਵਿੱਚ ਇਹ ਰਿਸਕ ਹੈ ਕਿ ਕੱਲ੍ਹ ਨੂੰ ਕੰਮ ਕਾਰ ਮਿਲੇ ਨਾ ਮਿਲੇ, ਠੀਕ ਹੈ ਜੀ, ਉਹਦਾ ਤੁਹਾਡਾ ਕੁਛ ਨਹੀਂ, ਕੋਈ ਪਤਾ ਨਹੀਂ ਹੈਗਾ। ਪਰ ਜਿਹੜੀ ਗੱਲ ਆ ਵੀ ਤੁਸੀਂ ਜੇ ਸਟੂਡੈਂਟ 'ਤੇ ਆਉਣੇ ਤਾਂ ਤੁਸੀਂ ਰੈਂਟ ਭਰਨੀ, ਪਾਣੀ ਦਾ ਖਰਚਾ ਤੁਹਾਡਾ ਹਰ ਮਹੀਨੇ ਤੁਹਾਨੂੰ ਦੇਣਾ ਹੀ ਪਊਗਾ, ਭਾਵੇਂ ਤੁਸੀਂ ਕਮਾਓ ਭਾਵੇਂ ਨਾ ਕਮਾਓ, ਭਾਵੇਂ ਤੁਸੀਂ ਘਰੋਂ ਮੰਗਾ ਕੇ ਦਿਓ, ਠੀਕ ਹੈ ਜੀ, ਰੈਂਟ ਖਰਚਾ ਤੁਹਾਨੂੰ ਦੇਣਾ ਪਊਗਾ, ਠੀਕ ਹੈ ਜੀ। ਰੈਂਟ ਪਾਣੀ ਵੀ ਨਾ ਨਾ ਕਰਦੇ ਆਪਣਾ, ਜੇ ਮਤਲਬ ਇੱਕ ਬੰਦਾ ਸਟੂਡੈਂਟ ਰਿਹਾ ਆਉਂਦਾ ਤਾਂ ਉਹਦਾ ਘੱਟੋ ਘੱਟ 200 ਰੁਪਈਆ ਇੱਕ ਜਾਣੇ ਦਾ ਖਰਚਾ ਆ ਜਾਂਦਾ ਮਹੀਨੇ ਦਾ, ਰਹਿਣ ਪਾਣੀ ਦਾ, ਖਾਣ ਪਾਣੀ ਦਾ ਸਾਰਾ ਟੋਟਲ, ਠੀਕ ਹੈ ਜੀ। ਅਤੇ ਗੱਲ ਕਰ ਲਈ ਆਪਾਂ ਹੁਣ ਕੁੜੀਆਂ ਬਾਰੇ, ਠੀਕ ਹੈ ਜੀ। ਕੁੜੀਆਂ ਦੀ ਜਿਹੜੀ ਮੈਕਸੀਮਮ ਮੇਰੀਆਂ ਭੈਣਾਂ ਦੀ ਜਿਹੜੀ ਸੈਲਰੀ ਆ, ਠੀਕ ਹੈ, ਜਿਹੜਾ ਇੰਡੀਆ ਤੋਂ ਖਰਚਾ ਲਾ ਕੇ ਆਉਂਦੇ ਨੇ, ਠੀਕ ਆ, ਤਾਂ ਉਹ 2,80,000 ਅਤੇ 3,00,000 ਅਤੇ 3,50,000 ਰੁਪਏ ਦੇ ਵਿੱਚ ਕੁੜੀਆਂ ਸਾਈਪ੍ਰੈਸ ਉਤਰਦੀਆਂ ਨੇ ਇੰਡੀਆ ਤੋਂ, ਠੀਕ ਹੈ ਜੀ। ਅਤੇ ਉਹਨਾਂ ਦੀ ਜਿਹੜੀ ਸੈਲਰੀ ਆ, ਠੀਕ ਆ, ਉਹ 315, 320, ਅਤੇ ਜੇ ਉਹ ਸੰਡੇ ਨੂੰ ਛੁੱਟੀ ਨਹੀਂ ਕਰਦੀਆਂ ਮੇਰੀਆਂ ਭੈਣਾਂ ਤਾਂ ਉੱਥੇ ਹੀ ਕੰਮ ਕਰਦੀਆਂ ਤਾਂ ਉਹਨਾਂ ਨੂੰ 20 ਯੂਰੋ ਅਲੱਗ ਤੋਂ ਪਰ ਡੇ ਸੰਡੇ ਮਤਲਬ ਇੱਕ ਦਿਨ ਦੇ ਦਿੱਤੇ ਜਾਂਦੇ ਆ, ਅਤੇ 60-70 ਰੁਪਏ 80 ਰੁਪਏ ਤੱਕ ਉਹ ਹੋ ਜਾਂਦੇ ਆ, ਠੀਕ ਹੈ ਜੀ। ਉੱਥੇ ਮਤਲਬ ਕੁੜੀਆਂ ਦੀ ਜਿਹੜੀ ਸੈਲਰੀ, ਮਤਲਬ ਜੇ ਐਤਵਾਰ ਨੂੰ ਕੰਮ ਉਹਨਾਂ ਦੇ ਘਰ ਹੀ ਕਰਦੀਆਂ ਤਾਂ 400 ਰੁਪਈਏ, 410, 415 ਰੁਪਈਏ ਤੱਕ ਬਣ ਜਾਂਦੀਆਂ। ਅਤੇ ਮੁੰਡਿਆਂ ਦਾ ਜਿਹੜਾ ਖਰਚਾ ਇੰਡੀਆ ਤੋਂ ਆਉਣ ਦਾ, ਠੀਕ ਹੈ ਜੀ, ਇੰਡੀਆ ਤੋਂ ਜਦੋਂ ਮੇਰੇ ਵੀਰ ਆਉਂਦੇ ਨੇ ਉਹਨਾਂ ਦਾ ਜਿਹੜਾ ਖਰਚਾ ਹੈਗਾ ਉਹ 5,00,000, 4,50,000, 4-5 ਇੱਥੇ ਤੱਕ ਹੀ ਏਜੰਟ ਲਈ ਜਾਂਦੇ ਆ, ਠੀਕ ਹੈ ਜੀ। ਅਤੇ ਕੁਛ ਏਜੰਟ ਦਾ ਕੋਈ ਪਤਾ ਨਹੀਂ, ਫਾਰਮ ਦੇ ਉੱਪਰ ਵੀ ਬੜੇ ਮੁੰਡੇ ਇੱਦਾਂ ਦੇ ਮੇਰੇ ਭਰਾ,
ਅਤੇ ਜਿਹੜੇ ਪੰਜ ਪੰਜ ਸੱਤ ਸੱਤ ਲੱਖ ਰੁਪਈਏ ਜੀ ਵੀ ਉੱਤਰ ਰਹੇ ਆ, ਅੱਠ ਅੱਠ ਲੱਖ ਰੁਪਈਏ ਦੇ ਵਿੱਚ ਵੀ ਉੱਤਰ ਰਹੇ ਆ। ਪਰ ਜਿਹੜੇ ਵੀ ਮੇਰੇ ਵੀਰ ਕੋਈ ਮੇਰਾ ਭਰਾ ਫਾਰਮ 'ਤੇ ਆ ਰਿਹਾ, ਪਹਿਲਾਂ ਆਪਦੀ ਪੂਰੀ ਜਾਣਕਾਰੀ ਲੈ ਕੇ, ਠੀਕ ਹੈ ਜੀ, ਆਪਣੇ ਏਜੰਟ ਨਾਲ ਪੂਰੀ ਗੱਲਬਾਤ ਕਰਕੇ ਫਿਰ ਹੀ ਆਵੇ। ਕਿਉਂਕਿ ਪਤਾ ਕੀ ਹੁੰਦਾ, ਆਪਾਂ ਕੀ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਬੈਠੇ ਹੁੰਦੇ ਹਾਂ, ਉਦੋਂ ਆਪਾਂ ਅਗਲੇ ਨੂੰ ਕਹਿ ਦਿੰਦੇ ਹਾਂ ਵੀ ਚਲੋ ਕੋਈ ਨਹੀਂ, 5 ਲੱਖ ਰੁਪਈਏ ਦੇ ਵਿੱਚ ਮੈਨੂੰ ਬੁਲਾ ਲਓ, ਵੀ ਮੈਂ ਜਦੋਂ ਸਾਈਪ੍ਰੈਸ ਆ ਗਿਆ ਤੁਸੀਂ ਮੇਰੀਆਂ ਦੋ ਤਨਖਾਹਾਂ ਜਾਂ ਚਾਰ ਤਨਖਾਹਾਂ ਰੱਖ ਲਿਓ। ਉਹਦੇ ਵਿੱਚ ਚੱਕਰ ਕੀ ਹੋ ਜਾਂਦਾ, ਜਦੋਂ ਉਰੇ ਆਉਂਦਾ ਕੰਮ ਹੁੰਦਾ ਹਾਰਡ, ਠੀਕ ਹੈ, ਕੰਮ ਕਾਰ ਹੁੰਦਾ ਨਹੀਂ ਹੈਗਾ, ਕਿਉਂਕਿ ਲੱਗਦਾ ਸਾਰੇ ਹੀ 4.5-5 ਲੱਖ ਰੁਪਈਆ ਹੁੰਦਾ, ਕਿ ਅਗਲੇ ਨੂੰ ਐਂ ਹੁੰਦਾ ਕਿ ਚਲੋ ਕੋਈ ਗੱਲ ਨਹੀਂ ਕਮਾ ਕੇ ਦੇ ਦਾਂਗੇ। ਉਹ ਉਹਨਾਂ ਨੂੰ ਲਾਲਚ ਹੁੰਦਾ ਵੀ ਚਲੋ ਕੋਈ ਗੱਲ ਨਹੀਂ, ਆਪਣੇ ਕਿਹੜਾ ਜੇਬ 'ਚ ਲੱਗੇ, ਉਹਨੇ ਕਿਹੜਾ ਜੇਬ 'ਚ ਲੱਗੇ ਹੁੰਦੇ, ਉਹਨਾਂ ਨੂੰ ਤਾਂ ਜਿਹੜਾ ਤੁਸੀਂ 4.5-5 ਲੱਖ ਰੁਪਈਏ ਦੇ ਵਿੱਚ ਆਏ ਹੁੰਦੇ ਹੋ, ਉਹਦੇ ਵਿੱਚੋਂ ਵੀ ਉਹਨਾਂ ਨੂੰ 1.5-2 ਲੱਖ ਰੁਪਈਆ ਬਚਿਆ ਹੁੰਦਾ, ਠੀਕ ਹੈ ਜੀ। ਉਹਨਾਂ ਨੂੰ ਹਮਾ ਦੀ ਤੁਸੀਂ ਹੋਰ ਇਹ ਚੀਜ਼ ਕਹਿ ਦਿੰਦੇ ਵੀ ਅਸੀਂ ਸਾਈਪ੍ਰੈਸ 'ਚ ਆ ਕੇ ਤੁਹਾਨੂੰ 2 ਤਨਖਾਹਾਂ 3 ਤਨਖਾਹਾਂ 4 ਤਨਖਾਹਾਂ ਹੋਰ ਦੇ ਦਾਂਗੇ, ਠੀਕ ਹੈ, ਸਾਨੂੰ ਇੱਕ ਵਾਰ ਬੁਲਾ ਲਾ। ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਣਾ, ਇੰਨੀ ਵੀ ਸਾਈਪ੍ਰੈਸ ਦੇ ਵਿੱਚ ਲੁੱਟ ਨਹੀਂ ਹੈਗੀ ਕਿ ਤੁਸੀਂ ਇੱਥੇ ਆ ਕੇ ਪਤਾ ਨਹੀਂ ਕੀ ਬਣਾ ਲਓਗੇ, ਠੀਕ ਆ। ਦੇਖੋ ਖਰਚੇ ਵੀ ਨੇ, ਕਮਾਈ ਵੀ ਹੈਗੀ ਆ, ਠੀਕ ਆ, ਅੱਗੇ ਜਾਣ ਦੇ ਸਾਧਨ ਹੈਗੇ ਨੇ। ਉਹ ਸਭ ਨੂੰ ਹੀ ਪਤਾ ਕਿ ਜਿਹਨੇ ਸਾਈਪ੍ਰੈਸ ਤੋਂ ਅੱਗੇ ਮੂਵ ਹੋਣਾ, ਠੀਕ ਆ ਜੀ, ਉਹਨਾਂ ਨੂੰ ਇਹ 2 ਨੰਬਰ ਦੇ ਵਿੱਚ ਹੀ ਮੂਵ ਹੁੰਦੇ ਨੇ। ਮੈਂ ਤਾਂ ਦੇਖਿਆ ਨੇ ਕੋਈ 1 ਨੰਬਰ ਦੇ ਵਿੱਚ ਜਾ ਰਿਹਾ, ਸਾਰੇ ਡੋਂਕੀ ਲਾਉਂਦੇ ਨੇ, ਸਰਬੀਆ ਜਾਂਦੇ ਨੇ, ਸਰਬੀਆ ਤੋਂ ਰਮਾਨੀਆ, ਰਮਾਨੀਆ ਤੋਂ ਇਟਲੀ, ਇਹੋ ਜਿਹੇ ਮਤਲਬ ਕਈ ਕੰਟਰੀਆਂ ਹੋ ਕੇ ਮਤਲਬ ਬਾਰਡਰ ਕ੍ਰੋਸ ਕਰਕੇ ਜਾਂਦੇ ਆ, ਠੀਕ ਆ। ਕੋਈ ਵੀ ਮੇਰੀ ਭੈਣ ਆ, ਮੈਂ ਆਪ ਮੇਰੀ ਭੈਣਾਂ ਨੂੰ ਵੀ ਦੱਸ ਦਿੰਦਾ, ਠੀਕ ਆ, ਇਹ ਤੁਹਾਡੀ ਕਿਸਮਤ ਆ, ਤੁਹਾਡੀ ਕਿਸਮਤ ਕਿੱਦਾਂ ਦੀ ਆ, ਠੀਕ ਆ। ਘਰ ਤੁਹਾਨੂੰ ਚੰਗਾ ਵੀ ਮਿਲ ਸਕਦਾ, ਮਾੜਾ ਵੀ ਮਿਲ ਸਕਦਾ, ਠੀਕ ਆ ਜੀ। ਹੁਣ ਤੁਸੀਂ ਇਹ ਸੋਚਦੇ ਹੋਗੇ ਮਾੜਾ ਚੰਗੇ ਦਾ ਕੀ ਕੀ ਹਿਸਾਬ ਕਿਤਾਬ, ਇਹ ਵੀ ਮੈਂ ਤੁਹਾਨੂੰ ਸਮਝਾ ਦਿੰਦਾ। ਕਈ ਬੁੱਢੀਆਂ ਮਤਲਬ ਜਿਹੜੀ ਮਤਲਬ ਆਪਾਂ ਤੁਸੀਂ ਕੇਅਰ ਟੇਕਰ 'ਤੇ ਆਉਂਦੇ ਹੋ, ਕਈ ਜਿਹੜੇ ਮਤਲਬ ਘਰ ਹੁੰਦੇ ਨੇਗੇ, ਜਿਵੇਂ ਬੁੱਢੀ ਉਹ ਮੰਜੇ 'ਤੇ ਪਈ ਆ, ਠੀਕ ਆ ਜੀ, ਉਹਦਾ ਤੁਸੀਂ ਡੈਪਰ ਵੀ ਚੇਂਜ ਕਰਨਾ, ਸਾਰਾ ਕੁਛ ਉਹਦਾ ਤੁਸੀਂ ਨੇ ਮਤਲਬ ਉਹਨੂੰ ਮੰਜੇ 'ਤੇ ਬੈਠੇ ਨਵਾਉਣਾ ਵੀ ਆ, ਠੀਕ ਆ, ਉਠਾ ਕੇ ਉਹਦਾ ਡੈਪਰ ਵੀ ਚੇਂਜ ਕਰਨਾ, ਠੀਕ ਆ। ਉਸ ਤੋਂ ਬਾਅਦ ਉਹ ਮਤਲਬ ਮੈਂਟਲੀ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੇ ਬੋਲੀ ਜਾਣਾ, ਰਾਤ ਨੂੰ ਨਹੀਂ ਪਤਾ ਤੁਹਾਨੂੰ ਸੌਣ ਵੀ ਨਾ ਦੇਣ, ਠੀਕ ਆ, ਆਪ ਬੋਲੀ ਜਾਣਾ, ਠੀਕ ਆ, ਆਪਸ ਆਪ ਹੀ ਗੱਲਾਂ ਮਾਰੀ ਜਾਣੀ, ਉੱਚੀ ਉੱਚੀ ਆਵਾਜ਼ਾਂ ਮਾਰੀ ਜਾਣੀਆਂ, ਠੀਕ ਆ, ਤਾਂ ਉਹਦੇ ਵਿੱਚ ਇਹ ਦਿੱਕਤ ਆ ਜਾਂਦੀ ਆ। ਜੇ ਤੁਹਾਡੀ ਬੁੱਢੀਆਂ ਤੁਰਦੀ ਫਿਰਦੀਆਂ ਨੇਗੀਆਂ, ਠੀਕ ਆ, ਤਾਂ ਵਧੀਆ ਗੱਲ ਆ, ਠੀਕ ਆ। ਉਹਦੇ ਵਿੱਚ ਇਹ ਹੈ ਕਿ ਉਹ ਆਪਣਾ ਆਪ ਹੀ ਨਹਾ ਧੋ ਲੈਂਦੇ ਨੇ, ਠੀਕ ਆ, ਵਾਸ਼ਰੂਮ ਵਗੈਰਾ, ਡੈਪਰ ਵਗੈਰਾ ਆਪ ਚੇਂਜ ਕਰ ਲੈਂਦੇ ਨੇ, ਤੁਸੀਂ ਸਿਰਫ ਇਕੱਲੀ ਘਰ ਦੀ ਸਫਾਈ ਕਰੀ ਅਤੇ ਖਾਣਾ ਬਣਾਇਆ, ਫ੍ਰੀ ਹੁੰਦੇ ਹੋ, ਠੀਕ ਆ। ਇਹ ਤੁਹਾਡੀ ਕਿਸਮਤ ਹੈ, ਠੀਕ ਆ, ਚੰਗਾ ਘਰ ਮਿਲ ਜੇ ਤਾਂ ਬਾਹਲੀ ਵਧੀਆ ਗੱਲ ਆ, ਪਰ ਜੇ ਮਾੜਾ ਮਿਲ ਜੇ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਠੀਕ ਆ। ਪਰ ਬੰਦਾ ਇਹ ਸੋਚਦਾ ਵੀ ਹੁਣ ਕਰੀਏ ਤਾਂ ਕੀ ਕਰੀਏ, ਕਿੱਧਰ ਜਾਈਏ ਅਸੀਂ, ਹੈ ਨਾ, ਤਾਂ ਬੰਦੇ ਨੂੰ ਕੁਛ ਹੀ ਸਮਝ ਨਹੀਂ ਲੱਗਦੀ ਹੈਗੀ। ਤਾਂ ਬੰਦੇ ਦਾ ਜਿਵੇਂ ਬੰਦਾ ਮੈਂਟਲ ਦੇ ਵਿੱਚ, ਮੈਂਟਲ ਲੋਕਾਂ ਦੇ ਵਿੱਚ ਰਹਿਣ ਲੱਗ ਜਾਂਦਾ, ਤਾਂ ਬੰਦਾ ਵੀ ਉੱਦਾਂ ਦੀ ਹੋਣ ਲੱਗ ਜਾਂਦਾ, ਠੀਕ ਆ, ਉਹ ਵੀ ਡਿਪਰੈਸ਼ਨ 'ਚ ਜਾਣ ਲੱਗ ਜਾਂਦਾ ਵੀ ਮੈਂ ਇੰਨੇ ਪੈਸੇ ਲਾ ਕੇ ਆਇਆ, ਹੁਣ ਮੇਰਾ ਕੀ ਬਣੂੰਗਾ। ਫਿਰ ਉਹ ਬੰਦਾ ਸੋਚਦਾ ਵੀ ਚੱਲ ਕੋਈ ਗੱਲ ਨਹੀਂ ਯਾਰ, ਹੈ ਨਾ, 6 ਮਹੀਨੇ 1 ਸਾਲ ਆਉਣੇ, ਇੱਥੇ ਆਪਦੇ ਪੈਸੇ ਪੂਰੇ ਕਰਕੇ ਵਾਪਸ ਚੱਲ ਜਾਵਾਂਗੇ। ਬਈ ਇੱਦਾਂ ਦੀ ਸੋਚ ਨਾ ਰੱਖਿਆ ਕਰੋ, ਜੇ ਆਏ ਹੋ ਤਾਂ ਕੁਛ ਬਣ ਕੇ ਜਾਓ, ਠੀਕ ਆ, ਨਹੀਂ ਆਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਤੁਸੀਂ 3.5-4 ਲੱਖ ਰੁਪਈਆ ਮੇਰੀਆਂ ਭੈਣਾਂ ਲਾ ਕੇ ਵੀ ਆਉਂਦੀਆਂ ਨੇ। ਉਸ ਤੋਂ ਬਾਅਦ ਉਰੇ ਆ ਕੇ ਉਰੇ ਹੋਰ ਵੀ ਬਹੁਤ ਕੁਛ ਚੱਲਦਾ, ਠੀਕ ਆ। ਇੱਥੇ ਸਾਡੀ ਇੰਡੀਅਨ ਕੁੜੀਆਂ ਇੱਕ ਦੂਜੇ ਨੂੰ ਕਹਿਣਗੇ ਤੈਨੂੰ ਮੈਂ ਕੰਮ 'ਤੇ ਲਵਾ ਦਿੰਦੀ ਹਾਂ, ਮੈਨੂੰ 500 ਜੀਰੋ ਦੇ ਦੀ, ਮੈਨੂੰ 100 ਜੀਰੋ ਦੇ ਦੀ, ਮੈਨੂੰ 150 ਜੀਰੋ ਦੇ ਦੀ। ਇੱਦਾਂ ਦੀਆਂ ਵੀ ਦੱਲੇ ਪੁਣੀਆਂ ਦੇ ਕੰਮ ਬਹੁਤ ਇੱਥੇ ਕਰਦੀਆਂ ਨੇ ਸਾਈਬਰੈਸ ਦੇ ਵਿੱਚ, ਅਤੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ, ਇੱਦਾਂ ਦੇ ਕੰਮ ਨਾ ਕਰਿਆ ਕਰੋ, ਠੀਕ ਆ। ਅਤੇ ਤੁਸੀਂ ਵੀ ਪੈਸਾ ਲਾ ਕੇ ਆਈ ਹੋ, ਕਰਜ਼ਾ ਚੱਕ ਕੇ ਆਏ ਹੋ, ਠੀਕ ਆ, ਕਿਸੇ ਦੀ ਹੈਲਪ ਕਰਨ ਦੇ ਲਈ ਪੈਸਾ ਨਾ ਲਿਆ ਕਰੋ, ਠੀਕ ਆ। ਜੇ ਕੋਈ ਚੰਗੇ ਕੰਮ ਕਰਨੇ ਨੇ, ਠੀਕ ਆ, ਵਾਹਿਗੁਰੂ ਦੀ ਮੇਰੇ ਨਾਲ ਚੰਗੇ ਹੀ ਕੰਮ ਕਰਿਆ ਕਰੋ, ਇੱਦਾਂ ਦੇ ਗਲਤ ਕੰਮ ਨਾ ਕਰਿਆ ਕਰੋ, ਠੀਕ ਆ। ਕੁਛ ਕਿਧਰੇ ਨਹੀਂ, ਤੁਸੀਂ 100 ਰੁਪਈਏ ਕਿਸੇ ਤੋਂ 100-200 ਰੁਪਈਆ ਲੈ ਕੇ ਕੋਈ ਮਤਲਬ ਤੁਸੀਂ ਕੋਠੀ ਨਹੀਂ ਪਾ ਲਉਂਗੇ, ਠੀਕ ਆ। ਅਤੇ ਬਾਕੀ ਵੀਡੀਓ ਬਹੁਤ ਲੰਬੀ ਹੋ ਗਈ, ਪਹਿਲਾਂ ਨਾਲੋਂ ਜ਼ਿਆਦਾ 10 ਮਿੰਟਾਂ ਦੀ ਵੀਡੀਓ ਬਣ ਗਈ ਆ, ਅਤੇ ਠੀਕ ਹੈ ਜੀ। ਅਤੇ ਵੀਡੀਓ ਵਧੀਆ ਲੱਗੀ ਆ ਤਾਂ ਤੁਸੀਂ ਜ਼ਰੂਰ ਸ਼ੇਅਰ ਕਰ ਦਿਆ ਕਰੋ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ, ਅੱਗੇ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਆ ਕਰੋ, ਠੀਕ ਆ। ਜਿੰਨੀਆਂ ਤੁਹਾਨੂੰ ਮੈਂ ਗੱਲਾਂ ਕਹੀਆਂ ਨੇਗੀਆਂ ਤੁਸੀਂ ਸਾਈਪ੍ਰੈਸ ਆ ਕੇ ਇਹ ਦੇਖ ਵੀ ਸਕਦੇ ਹੋ, ਕਿ ਜਿੰਨਾ ਕੁਛ ਮੈਂ ਤੁਹਾਨੂੰ ਯੂਟਿਊਬ ਦੇ ਉੱਪਰ ਦੱਸਿਆ ਬਿਲਕੁਲ ਸਹੀ ਆ। ਮੈਂ ਆਪਣੇ ਕੋਲੋਂ ਅੱਜ ਤੱਕ ਨਾ ਕਦੇ ਕੋਈ ਗੱਲ ਬਣਾ ਕੇ ਬੋਲਿਆ, ਠੀਕ ਆ, ਨਾ ਮੈਂ ਬੋਲਣਾ, ਠੀਕ ਆ। ਭਾਵੇਂ ਮੈਨੂੰ 100 ਵਿਊ ਆਉਂਦਾ, ਭਾਵੇਂ ਮੈਨੂੰ 200 ਵਿਊ ਆਉਂਦਾ, ਠੀਕ ਆ, ਮੈਨੂੰ 20 ਤੱਕ ਕੋਈ ਮਤਲਬ ਨਹੀਂ। ਮੈਂ ਵੀਡੀਓ ਇਸ ਕਰਕੇ ਬਣਾਉਣਾ
किसी नूं पता लग जाए, कोई बंदा आपदे किसी एजेंट दे झांसे च ना आवे कि उत्थे लख रुपया कमाउणे जां 2 लख रुपया कमाउणे हो, ठीक है। इदां दा कोई बंदा ना फसे, ठीक है। मैं इस करके वीडियो बनाउणा, ठीक है। मैनूं कोई इहदे यूट्यूब तों ना, मैनूं अज कल पैसा आया ना, अज आया ना आउणा है, ठीक है। पर मैं तुहाडे लई आ के वीडियो बनाउणा, ठीक है, किसी दे फायदे लई। साडे भरा बहुत इंडिया दे विच ही बड़ी लुट मचा रखी है लोकां ने, ठीक है ना। तो मैं चाहुंदा कि ना कोई फसे, ठीक है। तो जिन्हां नूं जिन्हां दे भाई देखो आपदी जेब दे विच 4 पैसे हैगे आ, कि वह बंदा उरे साइप्रस आवे, ठीक है, उन्होंने 40,000 रुपये बहुत आ, ठीक है। जिहड़े बंदे दी सोच आ मैं लख कमाउणा, मैं 2 लख कमाउणा, उह साइप्रस ना आवे। वह भाई तूं आपदा कनेडा, अमरीका, आस्ट्रेलिया, न्यूजीलैंड जां किसी वधिया कंट्री अप्लाई कर ला, ठीक है। इत्थे सिर्फ जिहड़ी कमाई उह बंदा 50-55 हज़ार रुपये कमा सकदा, ठीक है, 40,000 तो लैके, ठीक है, इतों ज़्यादा कमाई नहीं कर सकता, ठीक है। वीडियो वधिया लगी तो शेयर कर दिओ, चैनल में जरूर सबसक्राइब कर दिओ। ओके, बाय, रब रखा, धन्यवाद।